सर एक जिहड़ा हुण एक परचा दिता गया है जी पटियाला पुलिस वल्लों कि जिहड़े वायरल कर रहे सीगे कुछ मैसेज करफ्यू दे व्हाट्सएप ते उहनां ते सर की एक्शन लिता गया जी तुहाडे वल्लों? इहदे विच मैं तुहाडे दर्शकां नूं दसना चाहूंगा असीं लाहौरी गेट पुलिस स्टेशन दे विच एक मुकदमा दर्ज कीता है जिहदे विच कि कल एक व्हाट्सएप ते मैसेज वायरल करता सी वी सारियां सर्विसिज करफ्यू पास है भंग हो गया दुकाना बंद हो गई आर्मी इथे कॉल कर ली गई है कल तो सारा होगा तो समाज च एक डर पैदा हो गया जी 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 ते उदे करके जिहड़ियां बहुत सारे लोग गल्लां करदे सी साडा जिहड़ा साइबर सैल है ते उहदे च साडे टेक्निकल बंदे आ असीं करदे आ जिन्हें मैसेज जिथों चलिया सी उह आदमी नूं ट्रेस कर लिया ते उहदे विच असीं एक आदमी ते एक औरत बेनती करना चाहूंगा औखी घड़ी दे विच जदों सारे पासे लॉकडाउन है सारे ਲੋਕਾਂ ਦੇ ਮਨ ਦੇ ਵਿੱਚ ਇਹ ਹੈ ਵੀ ਕੋਰੋਨਾ ਵਾਇਰਸ ਦਾ ਕੀ ਹੋਊਗਾ ਕਈ ਡਰ ਹੈ ਕਈ ਪਾਸਿਓਂ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਉਸ ਲਈ ਜਿਹੜੀ ਪੰਜਾਬ ਪੁਲਿਸ ਹੈ ਬੜੀ ਤਤਪਰ ਉਹਦੇ ਚੌਂਕਾਂ ਦੇ ਵਿੱਚ ਡਿਊਟੀ ਸਭ ਦੀ ਸਿਹਤ ਆਜ਼ਾਦੀ ਲਈ ਡਿਊਟੀ ਤੇ ਜਦੋਂ ਕਿ ਲੋਕਾਂ ਨੂੰ ਤਾਂ ਚਾਹੀਦਾ ਵੀ ਇਸ ਔਖੀ ਘੜੀ ਦੇ ਵਿੱਚ ਇੱਕ ਦੂਜੇ ਨੂੰ ਸਹਿਯੋਗ ਦੇਈਏ ਇੱਕ ਦੂਜੇ ਨੂੰ ਹੌਸਲਾ ਦੇਈਏ ਇੱਕ ਦੂਜੇ ਨੂੰ ਸਮਝਾਈਏ ਵੀ ਇਹਦੀ ਜਿਹੜੀ ਆਪਾਂ ਉਲੰਘਣਾ ਕਰਾਂਗੇ ਸਾਰੇ ਮਾਮਲੇ ਦੀ ਤੇ ਆਪਣੀ ਸਿਹਤ ਖਰਾਬ ਹੋਊਗੀ ਉਹਦੀ ਬਜਾਏ ਜੇ ਆਪਾਂ ਸਮਾਜ ਦੇ ਵਿੱਚ ਕਿਸੇ ਨੂੰ ਡਰਾਉਣਾ ਸ਼ੁਰੂ ਕਰ ਦਈਏ ਤੇ ਉਹਦੇ ਨਾਲ ਤਾਂ ਬਹੁਤ ਹੀ ਗਲਤ ਪ੍ਰਭਾਵ ਜਾਂਦਾ ਹੈ ਇਹੋ ਜਿਹੀ ਗੱਲ ਇਹ ਸੀਐਮ ਪੰਜਾਬ ਤੇ ਡੀਜੀ ਸਾਹਿਬ ਵੱਲੋਂ ਬੜੀ ਇਸ ਗੱਲ ਲਈ ਸਖ਼ਤ ਹਦਾਇਤ ਹੈ ਤੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ ਕਈ ਵਾਰੀ ਉਹਨਾਂ ਨੂੰ ਹੁੰਦਾ ਵੀ ਇਹਦੇ ਬਾਰੇ ਪਤਾ ਨਹੀਂ ਲੱਗਦਾ ਇਹ ਠੀਕ ਹੈ ਵੀ ਦੇਰ ਹੋ ਸਕਦੀ ਹੈ ਜਿਵੇਂ ਪਟਿਆਲੇ ਦੇ ਵਿੱਚ ਅਸੀਂ ਹਮੇਸ਼ਾ ਹੀ ਕਹਿੰਦੇ ਹੁੰਦੇ ਹਾਂ ਵੀ ਕ੍ਰਾਈਮ ਕਰਨ ਵਾਲਾ ਇਹ ਕਈ ਵਾਰੀ ਸੋਚਦਾ ਵੀ ਸ਼ਰਮਾ ਫੜਿਆ ਨਾ ਜਾਊ ਕੋਈ ਵੀ ਇਹੋ ਜਿਹਾ ਕੇਸ ਨਹੀਂ ਜਿਹੜਾ ਅਸੀਂ ਟਰੇਸ ਨਾ ਕਰ ਪਾਏ ਹੋਈਏ ਦੇਰ ਜ਼ਰੂਰ ਹੋ ਸਕਦੀ ਹੈ ਪਰ ਉਹ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਸ਼ਰਾਰਤੀ ਗੁੰਡਾ ਅਨਸਰ ਉਹਨਾਂ ਦੀ ਜਗ੍ਹਾ ਫਿਰ ਸਲਾਖਾਂ ਦੇ ਪਿੱਛੇ ਹੈ ਮੇਰੀ ਬੇਨਤੀ ਹੈ ਵੀ ਅਸੀਂ ਇਹੋ ਜਿਹੀ ਔਖੀ ਘੜੀ ਜਿਹਦੇ ਵਿੱਚ ਲੋਕਡਾਊਨ ਹੈ ਬਹੁਤ ਸਾਰੇ ਬੰਦੇ ਬੇਰੁਜ਼ਗਾਰ ਹੈ ਪੁਲਿਸ ਨਾਕਿਆਂ ਤੇ ਵੀ ਖੜੀ ਹੈ ਆਪਦੇ ਪੁਲਿਸ ਅਫਸਰ ਜਿਹੜੇ ਨਿੱਕੇ ਨਿੱਕੇ ਉਹ ਆਪਦੇ ਸਾਥੀਆਂ ਨਾਲ ਮਿਲ ਕੇ ਕਿਸੇ ਨੂੰ ਖਾਣਾ ਪਹੁੰਚਾ ਰਹੇ ਹੈ ਕਿਸੇ ਨੂੰ ਹੋਰ ਹੈਲਪ ਕਰ ਰਹੇ ਹੈ ਇਹੋ ਜਿਹੀਆਂ ਚੀਜ਼ਾਂ 'ਚ ਸਹਿਯੋਗ ਦੇਣ ਦੀ ਬਜਾਏ ਸਾਡੀਆਂ ਹੋਰ ਮੁਸ਼ਕਲਾਂ ਜਿੱਥੋਂ ਸਾਡੀਆਂ ਸਾਰੀਆਂ ਲਾਈਨਾਂ ਸਾਡੇ ਫੋਨ ਚੋਕ ਕਰਤੇ ਲੋਕਾਂ ਨੇ ਵੀ ਆਰਮੀ ਆ ਜਾਊਗੀ ਜੀ ਹੁਣ ਕੀ ਹੋਊਗਾ ਜੀ ਦਵਾਈਆਂ ਬੰਦ ਹੋ ਗਈਆਂ ਜੀ ਦੁਕਾਨਾਂ ਬੰਦ ਹੋ ਗਈਆਂ ਇਹੋ ਜਿਹੀ ਸ਼ਰਾਰਤ ਕਰਨ ਵਾਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ